ਇਹ ਇੱਕ ਵਿਗਿਆਨ ਦਾ ਤਜਰਬਾ ਵੀ ਹੈ ਅਤੇ ਖਿਡੌਣਾ ਵੀ ਹੈ। ਇਸ ਲਈ ਤੁਹਾਨੂੰ ਇੱਕ ਸਟੈਂਡ, ਕੁਝ ਚੁੰਬਕ, ਇੱਕ ਪੈਨ ਅਤੇ ਕੁਝ ਹੋਰ ਸਮਾਨ ਚਾਹੀਦਾ ਹੈ। ਇੱਕ ਪੁਰਾਣਾ ਪੈਨ ਲਓ ਅਤੇ ਉਸ ਨੂੰ ਭਾਰਾ ਬਣਾਉਣ ਲਈ ਉਸ ਦੇ ਥੱਲੇ ਇੱਕ ਸਟੀਲ ਦਾ ਨਟ ਅਤੇ ਰਬੜ ਦਾ ਵਾਸ਼ਰ ਲਗਾ ਦਿਓ। ਉਸ ਦੇ ਥੱਲੇ ਵਾਲੇ ਪਾਸੇ ਇੱਕ ਸ਼ਕਤੀਸ਼ਾਲੀ ਚੁੰਬਕ ਲਗਾ ਦਿਓ। ਪੈਨ ਦਾ ਢੱਕਣ ਲਗਾ ਦਿਓ। ਤੁਸੀਂ ਉਸ ਦੇ ਅੰਤ ਵਿੱਚ ਚਮਕਦਾਰ ਸਟੀਲ ਦੀ ਚੁੰਬਕ ਦੇਖ ਸਕਦੇ ਹੋ। ਪੈਨ ਦੇ ਢੱਕਣ ਨਾਲ ਧਾਗਾ ਬੰਨ ਦਿਓ। ਲੱਕੜ ਦੇ ਢਾਂਚੇ ਦੀ ਹੁੱਕ ਨਾਲ ਧਾਗਾ ਲਮਕਾ ਦਿਓ। ਹੁਣ ਸਾਰਾ ਪੈਨ ਘੁੰਮਣ ਯੋਗ ਹੋ ਜਾਵੇਗਾ। ਫਰੇਮ ਦੇ ਥੱਲੇ ਦੇ ਨਾਲ ਸਟੀਲ ਦੀ ਪਲੇਟ ਲੱਗੀ ਹੈ ਜਿੱਥੇ ਤੁਸੀਂ ਚਾਰ ਚੁੰਬਕ ਰੱਖ ਸਕਦੇ ਹੋ। ਇਹਨਾਂ ਚੁੰਬਕਾਂ ਦੇ ਪੋਲ ਪੈਨ ਦੇ ਵਿਚਕਾਰ ਵਾਲੀ ਚੁੰਬਕ ਨੂੰ ਦੂਰ ਧੱਕਣਗੇ। ਪੈਨ ਨੂੰ ਛੱਡਣ ਨਾਲ ਉਹ ਬਹੁਤ ਹੀ ਮਜ਼ੇਦਾਰ ਢੰਗ ਨਾਲ ਘੁੰਮੇਗਾ, ਜਿਵੇਂ ਕਿ ਉਹ ਮਦਹੋਸ਼ ਹੋਵੇ। ਕਦੇ ਤਾਂ ਉਹ ਖਿੱਚਿਆ ਜਾਏਗਾ ਅਤੇ ਕਦੇ ਦੂਰ ਧੱਕਿਆ ਜਾਏਗਾ, ਅਤੇ ਇਸ ਤਰ੍ਹਾਂ ਉਹ ਪਾਗਲਾਂ ਵਾਲਾ ਰਸਤਾ ਅਪਣਾਏਗਾ। ਚੁੰਬਕ ਨੂੰ ਪੈਨ 'ਤੇ ਰੱਖਣ ਦੀ ਬਜਾਏ ਬੰਦੇ ਨੂੰ ਪੀਂਘ ਉੱਤੇ ਬਿਠਾ ਸਕਦੇ ਹੋ। ਪੀਂਘ ਨੂੰ ਬੰਦੇ ਸਮੇਤ ਹੁੱਕ ਨਾਲ ਟੰਗ ਦਿਓ। ਬੰਦੇ ਦੇ ਥੱਲੇ ਕਾਲੇ ਚੁੰਬਕ ਨੂੰ ਦੇਖੋ। ਜਿਵੇਂ ਹੀ ਪੀਂਘ ਚੁੰਬਕ ਦੇ ਧੱਕੇ ਦੇ ਕਾਰਨ ਹਿੱਲੇਗੀ ਤਾਂ ਉਹ ਬਹੁਤ ਹੀ ਕਮਲਿਆਂ ਵਾਂਗ ਲੱਗੇਗਾ। ਕਦੇ ਉਹ ਸੱਜੇ ਕਦੇ ਖੱਬੇ ਜਾਵੇਗਾ ਅਤੇ ਫਿਰ ਉਹ ਘੁੰਮਣ ਲੱਗ ਜਾਏਗਾ। ਇਸ ਤਰ੍ਹਾਂ ਨਾਲ ਉਸਦਾ ਘੁੰਮਣਾ ਬਹੁਤ ਹੀ ਵਧੀਆ ਖਿਡੌਣਾ ਬਣਾਏਗਾ।